श्री गुरु रविदास जी महाराज का 647वां प्रकाश उत्सव श्री गुरु रविदास मंदिर कटरा मोहल्ला बस्ती दानिशमंदा जालंधर में मंदिर प्रबंधक कमेटी के प्रधान मदन लाल खिंदर की अध्यक्षता में बड़ी ही धूमधाम से मनाया गया। सर्वप्रथम हवन यज्ञ में पंडितों ने विधिवत ढंग से मंत्रोच्चारण कर विश्व मंगल की कामना कर आहुतियां डलवाई, जिसमें रतन ब्रदर्स के मालिक एवं मंदिर प्रबंधक कमेटी के प्रधान मदन लाल खिंदर के सुपुत्र विशाल खिंदर और अनुराग खिंदर ने आहुतियां डालकर आशीर्वाद प्राप्त किया, जिसके पश्चात झंडा चढ़ाने की रस्म मदनलाल खिंदर विधायक शीतल अंगुराल सहित मंदिर कमेटी के सभी सदस्यों ने उपस्थित होकर संयुक्त रूप से अदा की। इस दौरान महिला संकीर्तन मंडली ने गुरु महिमा का गुणगान कर भक्तों को गुरु चरणों से जोड़ा। इस अवसर पर बड़ी संख्या में भक्तों ने शामिल होकर अपनी हाजिरी लगाई। अंत में विशाल भंडारा भक्तों में वितरित किया गया। इस मौके पर सचिव सतपाल पाला, ओम प्रकाश लोच, वाइस चेयरमैन स्वर्ण यादव, तिलक खिंदर, राजीव खिंदर, महेश अंगुराल, राजन अंगुराल, अमरनाथ, कुलदीप, लकी गई, कैशियर बलबीर लोच, विजय पाठी, सौरभ वसन, बंटू सारंगल, चमन पाठी, गुरदयाल पाठी, अजय डालिया, चरणदास कलसी, पवन कुमार, रूबी, जंग बहादुर, जैकी, कमल डालिया, लकी स्त्री, सत्संग सभा की प्रधान दियावंती, सचिव कृष्णा देवी, संतोष, रमा, जसबीर, उषा लोच, शोभा मीनिया, अरुणा लोच, राजरानी विमला, विष्णु, कुसुम, रानी लोच, कांता, बॉबी सहित असंख्य भक्तजन भी मौजूद रहे। जालंधर से हलचल के लिए कैमरामैन सुरेंद्र बावा और नवीन की रिपोर्ट। मांसो पुत्र हो जाए इत्यादि मंत्र से हे ब्रह्म देवता, हम सर्व दुख दूर करना चाहे सर्व कार्य सिद्धि हेतु सुख समृद्धि हेतु ਕਟਰਾ ਮਹੱਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਹਾਂ।
ਵਿਸ਼ਾਲ ਜੀ ਅਤੇ ਮੇਰੇ ਸਾਡੇ ਬਹੁਤ ਸਤਿਕਾਰਯੋਗ ਮੰਤਰੀ ਬਾਬੂ ਮੋਹਨ ਸਰਕਾਰ ਜੀ ਅਤੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ, ਖਾਸ ਕਰਕੇ ਇਸਤਰੀ ਜਵਾਬ ਦੇ ਚੰਨਣ ਮੈਂ ਪਰ ਫਿਰ ਪ੍ਰਣਾਮ ਕਰਦਾ, ਜਿਹੜੇ 365 ਦਿਨ ਗੁਰੂ ਮਹਾਰਾਜ ਗੁਰਦਾਨ ਕਰ ਕਰ ਜਾ ਕੇ ਕਰਦੀਆਂ, ਉਸ ਤੋਂ ਬਾਅਦ ਇਸ ਦਿਨ ਦਾ ਇੰਤਜ਼ਾਰ ਹੁੰਦਾ ਅਤੇ ਖਾਸ ਕਰਕੇ ਜਿਨ੍ਹਾਂ ਵੀ ਵੀਰਾਂ ਨੇ ਇਸ ਝੰਡੇ ਦੀ ਰਸਮ ਦੇ ਲਈ ਜਿਨ੍ਹਾਂ ਵੀ ਵੀਰਾਂ ਨੇ ਮਿਹਨਤ ਕਰਕੇ ਇਸ ਝੰਡੇ ਨੂੰ ਦੇ ਲਈ ਸਵੇਰ ਤੋਂ ਲੱਗੇ, ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਹੈ। ਅੱਜ ਦਾ ਸ਼ੁਭ ਦਿਹਾੜਾ ਜੋ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਹੈ, ਸਤਿਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਦੀਆਂ ਮੈਂ ਸਾਰੀ ਦੇਸ਼ ਵਾਸੀਆਂ ਨੂੰ ਤਾਂ ਆਪਣੀ ਸੰਗਤ ਨੂੰ ਲੱਖ ਲੱਖ ਮੌਕਾ ਦਿੰਦਾ ਹਾਂ ਔਰ ਅਰਦਾਸ ਕਰਦਾ ਹਾਂ ਕਿ ਸਾਡੇ ਸਾਰਿਆਂ ਦੇ ਹੀ ਮੇਰੇ ਮੇਰੇ ਹੱਥ ਰੱਖੇ, ਖੁਸ਼ੀਆਂ ਪ੍ਰਦਾਨ ਕਰੇ ਸਭ ਨੂੰ। ਸਾਰੀ ਸੰਗਤ ਨੂੰ ਜੈ ਗੁਰਦੇਵ, ਜੈ ਗੁਰੂ ਰਵਿਦਾਸ। ਮੈਂ ਸ਼੍ਰੀ ਗੁਰੂ ਰਵਿਦਾਸ ਕਟੜਾ ਮਹੱਲਾ ਪ੍ਰਬੰਧਕ ਕਮੇਟੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਅੱਜ ਮਨ ਬਹੁਤ ਖੁਸ਼ ਹੈ। ਜਿੱਥੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਸੀ 647ਵਾਂ ਪ੍ਰਗਟ ਦਿਵਸ ਮਨਾ ਰਹੇ ਹੈ, ਅੱਜ ਸਾਡੇ ਇਸ ਗੁਰੂ ਘਰ ਦੇ ਮੇਰੇ ਪਿਤਾ ਤੁੱਲਿਆ ਜਿਹੜੇ ਇਸ ਗੁਰੂ ਘਰ ਦੇ ਨਿਧਨ ਸੇਵਾ ਕਰਨ ਵਾਲੇ ਸ਼੍ਰੀ ਮਦਨ ਲਾਲ ਖਿੰਦਰ ਜੀ ਜਿਹੜੇ ਕੌਂਸਲਰ ਬੱਸੀ ਦਾਨਿਸ਼ਮੰਦ ਹੈ, ਅੱਜ ਉਹਨਾਂ ਦੀ ਸਿਹਤ ਲਾਓ ਨਹੀਂ ਕਰ ਰਹੀ ਸੀ। ਉਹਨਾਂ ਦੇ ਮਨ ਦੇ ਵਿੱਚ ਸੀ ਕਿ ਮੈਂ ਹਰ ਸਾਲ ਇਹ ਗੁਰੂ ਘਰ 'ਚ ਜਿਹੜੇ ਭੰਡਾਰੇ ਹੁੰਦੇ ਆ, ਜਿਹੜੇ ਨਗਰ ਕੀਰਤਨ ਕੱਢੇ ਜਾਂਦੇ ਆ, ਉਹਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਬਾਬੂ ਮਦਨ ਲਾਲ ਜੀ ਦਾ ਉਹਨਾਂ 'ਤੇ ਪੂਰੀ ਕਮੇਟੀ ਦਾ ਹੁੰਦਾ। ਪਰ ਅੱਜ ਬਾਬੂ ਜੀ ਉੱਠ ਕੇ ਸਪੈਸ਼ਲ ਗੁਰੂ ਮਹਾਰਾਜ ਕੋਲ ਆਸ਼ੀਰਵਾਦ ਲੈਣ ਦੇ ਲਈ ਆਇਆ ਬਾਬੂ ਜੀ ਨੇ। ਮੈਂ ਕਹਿੰਦਾ ਗੁਰੂ ਮਹਾਰਾਜ ਜੀ ਇਹਨਾਂ 'ਤੇ ਇੰਨੀ ਕਿਰਪਾ ਕਰੇ ਕਿ ਜਿਹੜਾ ਅਗਲਾ ਪ੍ਰਗਟ ਦਿਵਸ ਹੋਵੇ ਬਾਬੂ ਜੀ ਆਪ ਚੱਲ ਕੇ ਆਉਣ, ਸਾਰਾ ਕੁਛ ਬਾਬੂ ਜੀ ਆਪਣੀ ਰਹਿਨਮਾਈ ਥੱਲੇ ਜਿਹੜਾ ਸਾਨੂੰ ਉਦੇਸ਼ ਦੇਣ ਕਿ ਕਿੱਦਾਂ ਅਸੀਂ ਕਰ ਸਕੀਏ, ਕਿਉਂਕਿ ਇਹਨਾਂ ਦੇ ਦੇਸ਼ ਸਦਕੇ ਹੀ ਅੱਜ ਅਸੀਂ ਜੋ ਕੁਛ ਕਰ ਰਹੇ ਹਾਂ। ਅਸੀਂ ਇਲਾਕੇ ਦੀ ਜਿਹੜੀ ਲੋਕਾਂ ਦੀ ਸੇਵਾ ਕਰ ਰਹੇ ਹਾਂ, ਭਾਵੇਂ ਮੈਂ ਰਾਜਨੀਤੀ ਤੌਰ 'ਤੇ ਕਹਿ ਰਿਹਾ, ਭਾਵੇਂ ਮੈਂ ਵਿਦਾਊਟ ਰਾਜਨੀਤੀ ਕਹਿ ਰਿਹਾ, ਉਹਦੇ ਵਿੱਚ ਬਾਬੂ ਮਦਨ ਲਾਲ ਖਿੰਦਰ ਜੀ ਦਾ ਬਹੁਤ ਵੱਡਾ ਮੇਰੇ ਉੱਤੇ ਆਸ਼ੀਰਵਾਦ ਹੈ ਕਿ ਮੈਂ ਇਹਨਾਂ ਦੇ ਕੋਲੋਂ ਸਿੱਖਿਆ ਲੈ ਕੇ ਹੀ ਅੱਜ ਸਮਾਜ ਦੀ ਸੇਵਾ ਕਰ ਰਿਹਾ। ਅੱਜ ਜਿਸ ਤਰ੍ਹਾਂ ਬਾਬੂ ਜੀ ਅੱਜ ਮੰਦਿਰ ਦੇ ਵਿੱਚ ਆਏ ਆਸ਼ੀਰਵਾਦ ਲੈਣੀ ਬਾਬਾ ਜੀ ਕੋਲ, ਅਤੇ ਮੈਂ ਕਹਿੰਦਾ ਬਾਬਾ ਜੀ ਇਹਨਾਂ ਉੱਤੇ ਕਿਰਪਾ ਕਰੇ ਕਿ ਇਹ ਤੰਦਰੁਸਤ ਹੋਣ, ਜਿਹੜਾ ਇਸ ਚੀਜ਼ ਤੋਂ ਜਲਦੀ ਜਲਦੀ ਉੱਠਣ ਅਤੇ ਸਮਾਜ ਦੀ ਸੇਵਾ ਕਰਨ। ਸਾਰੀ ਸੰਗਤ ਨੂੰ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਮੇਰੇ ਵੱਲੋਂ, ਮੇਰੇ ਪਰਿਵਾਰ ਵੱਲੋਂ ਔਰ ਬਾਬੂ ਮਦਨ ਲਾਲ ਖਿੰਦਰ ਜੀ ਜਿਹੜੇ ਗੁਰੂ ਘਰ ਦੇ ਪ੍ਰਧਾਨ ਹੈ ਔਰ ਇਲਾਕੇ ਦੇ ਕੌਂਸਲਰ ਹੈ, ਉਹਨਾਂ ਵੱਲੋਂ ਵਿਸ਼ਵ 'ਚ ਬੈਠੀ ਪੂਰੀ ਸੰਗਤ ਨੂੰ ਬਹੁਤ ਬਹੁਤ ਸ਼ੁਭਕਾਮਨਾ। ਜੈ ਗੁਰਦੇਵ, ਜੈ ਗੁਰੂ ਰਵਿਦਾਸ।